हेलो गाइस, वेलकम टू द व्लॉग। प्लीज सब्सक्राइब करें, शेयर करें, लाइक कमेंट बॉक्स। और मैं बनी है पग, ये ना ऐसे ही क्या लग रहा है। इधर मम्मा हम इधर उधर फिर जाने रहे हैं। ये यार तो फिर इधर फिर जाने हैं। मम्मा आना नहीं चाहिए। क्या व्यू आ रहा है? अम्मा आना नहीं, पिकनिक में जाएं। मेरे छुट्टी मिल जाती है, आपा भी जाते हैं। अच्छी है। किधर चल? अच्छा अच्छा। पानी पीछे हो रहे तुम? मगर मैं पीछे पीछे। ओ यार की है मम्मा। मेरे सिद्धार्थ ने किया। पट ਉਹ ਮੈਂ ਸਾਈਕਲ ਚਲਾਉਣਾ, ਸਾਈਕਲ ਤਾਂ ਚਲਾਉਂਦੇ ਚਲਾਉਂਦੇ ਦਿਖਾਉਣਾ। ਜੋ ਸਾਈਕਲ ਦਾ ਸਟੈਂਡ ਲੱਗਿਆ, ਫਿਰ ਤਾਂ ਮੈਂ ਐਸ ਵੀ ਕੱਢ ਸਕਦਾ। ਇਹ ਆਹ ਚੱਕੂ, ਇਹ ਆਹ ਚੱਕੂ, ਇਹ ਆਹ ਬੱਚਾ ਆਹ ਪਿੱਛੇ ਕਰਤਾ, ਇਹ ਆਹ ਦੇਖੋ ਪਿੱਛੇ ਜਿਹਾ ਪਿੱਛੇ ਆਇਆ। ਨਹੀਂ ਤਾਂ ਆਪਾਂ ਦੁਖੀ ਨਹੀਂ ਲੱਗ ਜਾਂਦਾ ਪਹਿਲਾਂ ਹੀ। ਇਹ ਇਹ ਆਹ ਦੇਖੋ ਲੋ ਜੀ, ਅਸੀਂ ਵੀ ਕਰ ਲਈ ਤਿਆਰੀ ਜਾਣ ਦੀ, ਪਰ ਅਸੀਂ ਜਾ ਰਹੇ ਹਾਂ ਸੰਗਰੂਰ। ਜਾਣਾ ਗੁਰਦਾਸਪੁਰ ਸੀਗਾ, ਬਟ ਤੁਹਾਨੂੰ ਮੈਂ ਜਿਵੇਂ ਦੱਸਿਆ ਸੀਗਾ ਪਹਿਲਾਂ ਕਿ ਕੈਂਸਲ ਹੋ ਗਿਆ। ਫਤਿਹ ਸਿੰਘ ਆਪਣੀ ਰਾਈਡ ਇੰਜੋਏ ਕਰ ਰਹੇ ਨੇ ਪੱਗ ਬੰਨ ਕੇ। ਸਾਈਡ ਤੇ ਅੰਦਰ ਲਾ ਦੋ ਫਤਿਹ ਸਾਈਕਲ ਹੁਣ ਪੁੱਤਰੀ। ਉਹ ਫਤਿਹ ਚਲੋ, ਪਾਪਾ ਨੇ ਦੱਸੋ ਕਿ ਤੁਸੀਂ ਪੱਗ ਖੁਦ ਬੰਨੀ ਆ ਫਤਿਹ? ਅਰੇ ਫਤਿਹ, ਆਪਾਂ ਨੇ ਇਹਨਾਂ ਨੂੰ ਸਰਪ੍ਰਾਈਜ਼ ਦਿੱਤਾ, ਪਾਪਾ ਨੇ ਆਪਣਾ ਨੂੰ। ਫੋਨ ਆ ਗਿਆ, ਫਿਰ ਫਤਿਹ ਫਤਿਹ ਜਿਹੜੀ ਪਾਪਾ ਨੇ ਪੱਗ ਬੰਨੀ ਸੀ ਉਹ ਵਧੀਆ ਨਹੀਂ ਲੱਗੀ ਹੈਗੀ? ਟਿੰਡੀ ਜੀ, ਇਹ ਏਡੀ ਸੋਹਣੀ ਪੱਗ ਵੱਜੀ ਸੀਗੀ, ਖੋਲ ਕੇ ਫੇਰ ਉਹ ਕਰ ਲਈ। ਨਾਲ ਦੀ ਨਾਲ ਦੇ ਮੂੰਹ ਐ ਹੋ ਗਿਆ ਜਿਵੇਂ ਕਿਤੇ ਤਰਾ ਦੇ ਕਿਵੇਂ ਵੇਖ ਰੋਟੀਆਂ ਦੀਆਂ ਪਰ ਨਹਾਈ ਧੋਈ ਕਰ ਕਰਕੇ ਹੁਣ ਨਾਲ ਧਰੀ ਹੋਈ ਚਾਹ। ਹਾਂ ਕੁਛ ਵੀ ਨਹੀਂ ਧਰਿਆ, ਚਾਹ ਨੀ ਪੀਣੀ? ਚੱਲ ਪਿੱਛੇ ਹੋ ਕੇ ਸੂਟ, ਪਿੱਛੇ ਹੋ ਕੇ ਸੂਟ ਦਿਖਾ ਮਾੜਾ ਜਿਹਾ ਆਪਣਾ। ਤੂੰ ਮੈਨੂੰ ਪਤਾ ਤੂੰ ਨਹੀਂ ਸਾਨੂੰ ਵੀਡੀਓ ਬਣਾ ਕੇ ਭੇਜਣੀ, ਇੱਦਾਂ ਹੀ ਦਿਖਾ ਦੇ। ਆਹ ਦੇਖੋ ਜੀ, ਸਿਮਰਨ ਨੇ ਜਿਹੜਾ ਵੈਲਵਟ ਦਾ ਸੂਟ ਬਣਾ ਕੇ ਖੜਿਆ ਤੇ ਸਿਮਰਨ ਆ ਚੱਲੀਏ ਗੁਰਦੁਆਰਾ ਸਾਹਿਬ ਤੇ ਸਿਮੂ ਨੇ ਸੂਟ ਬਹੁਤ ਸੋਹਣਾ ਲੱਗ ਰਿਹਾ। ਸਿਮੂ ਅੱਜ ਹੀ ਪਾਇਆ ਮੈਂ ਇਹ, ਅੱਜ ਸਿਮੂ ਕਹਿੰਦੀ ਮੈਂ ਪੰਜਾਬੀ ਜੁੱਤੀ ਵੀ ਪਾ ਕੇ ਜਾਣੀ। ਅੱਜ ਗੋਰੇ ਦੇਖਣਗੇ ਆ ਕੀ ਹੈ ਲੈ ਕੇ, ਉਹ ਦੇਖਣਗੇ ਵੀ ਸੋਹਣਾ ਲੱਗ ਰਿਹਾ। ਆਟਾ ਲਾ ਲਿਆ ਮੱਥੇ ਤੇ, ਹਾਏ ਜਮਾ ਹੀ ਲਾ ਕੇ ਨਹੀਂ ਸਿਮੂ ਤੇਰਾ ਤੇ ਸੁੱਕੀ ਜੀ। ਲੈ ਫਤਿਹ ਗੱਲ ਕਰ ਦੀਦੀ ਨਾਲ, ਇੱਧਰ ਦੇਖੋ ਫਤਿਹ, ਉਹ ਦੀਦੀ ਨਾਲ ਗੱਲ ਕਰੋ। ਹੈਲੋ ਦੀਦੀ, ਹੈਲੋ ਹੈਲੋ, ਆਰਾਮ ਨਾਲ ਬੋਲੋ ਪੁੱਤਰ। ਸੂਟ ਬਾਹਰ ਖਿਆ ਗਲੀ ਰਿਆ ਲੋਕ ਗਰੀ। ਸਿਮੂ ਅੱਜ ਪਹਿਲੀ ਵਾਰੀ ਪਾਇਆ? ਪਾ ਪੂ ਲਿਆ ਕਰ ਬੁੱਝ, ਜਦ ਛੁੱਟੀ ਛੱਟੀ ਹੁੰਦੀ ਘੁੰਮ ਆਇਆ ਕਰ ਪਾ ਕੇ ਸੂਟ। ਇੱਕ ਬੰਦਾ ਇੱਧਰ ਦਿਵਾਣਾ ਖਾਂਦਾ ਇਸ ਤਰੀਕੇ ਨਾਲ। ਮੈਂ ਫਤਿਹ ਆਵਾਜ਼ ਬੰਦ ਕਰ ਦਿਆ ਦੀ, ਸਾਡੇ ਇੱਧਰ ਟਾਈਮ ਹੋ ਚੱਲਾ ਪਈਆਂ, ਮੈਂ ਵੀ ਨਹੀਂ ਮੈਂ ਵੀ ਨਹੀਂ ਉੱਥੇ ਪਈਆਂ, ਚੁੱਪ ਕਰ ਜਾ।
ਆਹ ਪੈ ਗਏ ਤੇ ਬੋਲੀ ਜਾਣ ਦੀ ਬੋਲੀ ਜਾਣ ਦੀ ਕਹਿੰਦੀ ਤੂੰ ਬੜੀਆਂ ਚੂੜੀਆਂ ਲੈ ਗਈ ਦੱਸ ਕਿੱਡੇ ਦੀ ਗੱਲ ਹੈ ਦੋ ਚੂੜੀਆਂ ਨੇ ਸਿਮੂ ਟੰਗੀਆਂ ਪਈਆਂ ਅਲਮਾਰੀ ਚ ਨਾ ਮੈਂ ਪਾਈਆਂ ਉਹ ਉੱਥੇ ਟੰਗੀਆਂ ਪਈਆਂ ਨੇ ਮੇਰੀ ਕਿਸਮਤ ਐਡੀ ਖਰਾਬ ਮੈਂ ਤੇ ਉੱਥੇ ਨਹੀਂ ਜਾ ਸਕੀ ਨਾਲ ਮੈਨੂੰ ਛੁੱਟੀ ਨਹੀਂ ਮਿਲੀ ਹੈਗੀ ਨਾਨੀ ਕੋਲੇ ਦੂਜੀ ਪਾਰਟੀ ਪਹੁੰਚੀ ਹੋਈ ਹੈ ਸਿਮੂ ਅੱਜ ਅੰਮ੍ਰਿਤਸਰ ਮਾਸੀ ਹੋਣੀ ਹਾਂ ਹਾਂ ਹੋਰ ਚੱਲ ਤੂੰ ਬਣਾ ਲਾ ਛੇ ਛੇ ਦਿਨ ਨਹੀਂ ਤੂੰ ਗੁਰਦੁਆਰਾ ਸਾਹਿਬ ਜਾਣਾ ਤੇ ਉੱਥੇ ਲੰਗਰ ਖਾ ਲਈ ਜਾ ਕੇ ਬਾਬੇ ਪਰਚਾ ਲੈ ਕੇ ਪੈ ਜਾਂਦੇ ਨੇ ਆਹੋ ਨਹੀਂ ਫਿਰ ਤੂੰ ਕਰ ਲਈ ਨਾ 10 ਮਿੰਟ ਸੇਵਾ ਪੁੱਤ ਹੋਰ ਕਮਲ ਨਾ ਸਕੂਲ ਤੋਂ ਆ ਗਏ ਤੇ ਇਹਨੇ ਮੈਨੂੰ ਪਹਿਲਾਂ ਫੋਨ ਕੀਤਾ ਮਤਲਬ ਮੰਮਾ ਦੇ ਫੋਨ ਤੇ ਫੋਨ ਕੀਤਾ ਫੋਨ ਘਰੇ ਹੀ ਸੀ ਦੀਦੀ ਗਏ ਬਾਜ਼ਾਰ ਤੇ ਮੈਨੂੰ ਕਹਿੰਦੀ ਮੰਮਾ ਮੈਂ ਨਾ ਸਕੂਟੀ ਸਟਾਰਟ ਕੀਤੀ ਸੀ ਫਿਰ ਬੰਦ ਹੋ ਗਈ ਮੈਂ ਕਿਹਾ ਅੱਛਾ ਠੀਕ ਹੈ ਇਹਨੇ ਮੇਰੀ ਆਵਾਜ਼ ਨਹੀਂ ਪਛਾਣੀ ਅੱਗੋਂ ਤੇ ਮੰਮਾ ਹੁਣ ਮੈਂ ਕੀ ਕਰਾਂ ਮੈਂ ਕਿਹਾ ਪੁੱਤ ਤੂੰ ਆ ਜਾ ਤੇ ਕੋਈ ਗੱਲ ਨਹੀਂ ਮੈਂ ਜੇ ਰਸਤੇ 'ਚ ਰੁਕ ਗਈ ਤਾਂ ਮੈਨੂੰ ਫੋਨ ਕਰ ਦੀ ਉਹ ਕਿਤੇ ਕਿਹਾ ਫਤਿਹ ਉਹ ਗੋਲਾ ਬਣਾ ਰਿਹਾ ਤੂੰ ਵੀ ਖਾ ਲੈ ਜਾ ਡੱਬੂ ਦਿਖਾਈ ਦੇ ਮੈਂ ਗੋਲਾ ਬਣਾ ਰਿਹਾ ਛੱਡ ਇਹਨੂੰ ਬਾਹਰ ਕੱਢ ਫੇਰ ਕੱਢ ਇੱਕ ਪੋਣਾ ਲੈ ਲੈ ਪੋਣੇ ਨਾਲ ਕਰ ਪਾਣੀ ਬਣ ਜਾਂਦਾ ਪਾਣੀ ਦੇਖੋ ਪਰ ਦਮੂ ਨੇ ਪੂਰਾ ਜ਼ੋਰ ਲਾਇਆ ਪਿਆ ਏ ਪਿਘਲ ਗਈ ਨਾ ਮੈਨੂੰ ਪਾਰਟੀ ਦੋਗੇ ਉਹਦੀ ਪਾਰਟੀ ਮੇਰੇ ਕਰਕੇ ਤੁਹਾਨੂੰ ਏਡੀ ਵੱਡੀ ਖੁਸ਼ੀ ਮਿਲੀ ਅੱਜ ਨਹੀਂ ਉਧਰੋਂ ਮੱਥਾ ਟੇਕ ਕੇ ਬਾਜ਼ਾਰ ਲੰਘ ਜਾਂਗੇ ਆਪਾਂ ਨੂੰ ਕਾਹਦੀ ਕਾਹਲੀ ਏ ਨਹੀਂ ਬਸ ਤੂੰ ਤੁਸੀਂ ਰਹਿੰਦੇ ਕੱਲ ਨੂੰ ਛੁੱਟੀ ਕੱਲ ਨੂੰ ਚੱਲਾਂਗੇ ਚੱਲ ਕੱਲ ਚੱਲਾਂਗੇ ਮਸਤੂਣਾ ਸਾਹਿਬ ਕੱਲ ਨੂੰ ਛੁੱਟੀ ਆਰਾਮ ਨਾਲ ਚੱਲਾਂਗੇ ਠੀਕ ਹੈ ਉਹ ਚੱਲਾਂਗੇ ਸਵੇਰੇ ਟਾਈਮ ਨਾਲ ਕੰਮ ਕੁੰਮ ਕਰਕੇ ਫਿਰ ਚੱਲਾਂਗੇ ਠੀਕ ਹੈ ਫਤਿਹ ਤੁਸੀਂ ਵੀ ਜਾਣਾ ਫਤਿਹ ਨੂੰ ਮੱਥਾ ਟਿਕਾ ਕੇ ਲਿਆਵਾਂਗੇ ਠੀਕ ਹੈ ਆਹ ਵਾਲੀ ਖੁਸ਼ੀ ਚ ਮੱਥਾ ਟੇਕਾਂਗੇ ਸੋਨੂੰ ਕੋਈ ਵੀ ਛੁੱਟੀ ਹੁੰਦੀ ਨਾ ਤੇ ਫਤਿਹ ਇੰਜੋਏ ਕਰਦਾ ਹੈ ਤੇ ਬਾਕੀ ਨਹੀਂ ਦੇਖੋ ਇੱਧਰ ਟੀਵੀ ਚੱਲਦੇ ਆ ਇੱਧਰ ਨਾਲ ਲੇਸ ਖਾਦੇ ਜਾ ਰਹੇ ਨੇ ਤੇ ਇੱਧਰ ਜਿਨ੍ਹਾਂ ਨੇ ਮਤਲਬ ਦੀਦੀ ਨੂੰ ਲਾਮਾ ਦਿੱਤਾ ਹੈ ਦੀਦੀ ਕਿਸੇ ਗਿਆਨੀ ਨੇ ਕਿਹਾ ਸੀਗਾ ਕਿ ਚਾਦਰ ਵਿਛਾ ਲਿਆ ਕਰੋ ਫਤਿਹ ਆਵਾਜ਼ ਘੱਟ ਕਰੇ ਬੇਟੇ ਇੱਕ ਮਿੰਟ ਬਸ ਇੱਕ ਮਿੰਟ ਤੇ ਅਸੀਂ ਨਾ ਉਹ ਗਿਆਨੀ ਦੀ ਗੱਲ ਮੰਨ ਲਈ ਹੈ ਤੇ ਅਸੀਂ ਕੱਲ ਹੀ ਜਾ ਕੇ ਬੈਡਸ਼ੀਟਾਂ ਲੈ ਕੇ ਆਏ ਆ ਵੀ ਕਿਸੇ ਬੰਦੇ ਨੂੰ ਐਵੇਂ ਫੇਰ ਕੋਈ ਪ੍ਰੋਬਲਮ ਨਾ ਆਵੇ ਵੀ ਇੱਕ ਹੀ ਬੈਡਸ਼ੀਟ ਵਿਛੀ ਹੋਈ ਹੈ ਪਿੱਲੋ ਵੀ ਰਿਵਰਸੇਬਲ ਨੇ ਦੇਖੋ ਚਾਦਰ ਹੈਗੀ ਆ ਰਿਵਰਸੇਬਲ ਜੀ ਇੱਕ ਸਾਈਡ ਆਹ ਹੈ ਤੇ ਇੱਕ ਸਾਈਡ ਜੀ ਆਹ ਇੱਦਾਂ ਫਲਾਵਰ ਬਣੇ ਹੋਏ ਨੇ ਠੀਕ ਹੈ ਮਤਲਬ ਸਾਡੀ ਇੱਕ ਚਾਦਰ 'ਚ ਦੋ ਚਾਦਰਾਂ ਦਾ ਕੰਮ ਬਣ ਗਿਆ ਆਹ ਦੇਖੋ ਇੱਦਾਂ ਹੈ ਡਿਜ਼ਾਇਨਿੰਗ ਚਾਦਰ ਦੀ ਇੱਕ ਸਾਈਡ ਇੱਦਾਂ ਅਤੇ ਇੱਕ ਸਾਈਡ ਇੱਦਾਂ ਹੁਣ ਇਹ ਤੁਹਾਨੂੰ ਚਾਦਰ ਵਿਛਾ ਕੇ ਸਾਰੀ ਉਹਦੀ ਲੁੱਕ ਦਿਖਾਉਂਦੇ ਹਾਂ ਠੀਕ ਹੈ ਇਹ ਅਸੀਂ ਲੈ ਕੇ ਆਏ ਹਾਂ 1250 ਦੀ ਹਾਂਜੀ
ਜੇ ਕਿਸੇ ਹੋਰ ਦੇ ਘਰੇ ਵੀ ਪਈ ਚਾਦਰ ਹੈ ਨਹੀਂ, ਤੁਸੀਂ ਇੱਕੋ ਚਾਦਰ ਵਿਛਾਈ ਰੱਖਦੇ ਹੋ, ਸੋ ਮੈਂ ਨਹੀਂ ਚਾਹੁੰਦੀ ਕਿਸੇ ਨੂੰ ਪ੍ਰੋਬਲਮ ਹੋਵੇ। ਪਲੀਜ਼ ਤੁਸੀਂ ਜਾ ਕੇ ਬੈਡਸ਼ੀਟਾਂ ਨਵੀਆਂ ਲਿਆਓ ਅਤੇ ਨਵੀਆਂ ਨਵੀਆਂ ਰੋਜ਼ ਬਦਲ ਬਦਲ ਕੇ ਬੈਡਸ਼ੀਟਾਂ ਵਿਛਾਓ, ਠੀਕ ਹੈ? ਉਹਨਾਂ ਦੇ ਆਪਦੇ ਘਰੇ ਭਾਵੇਂ ਹੋਵੇ ਨਾ, ਪਰ ਅਸੀਂ ਗਿਆਨ ਫੈਲਣਾ ਹੁੰਦਾ ਆ, ਬਹਿ ਕੇ ਗਿਆਨ ਦੇਣਾ ਲੋਕਾਂ ਨੂੰ, ਉਹ ਅਸੀਂ ਦੇਣਾ ਹੀ ਦੇਣਾ। ਆਹ ਜਿਹੜਾ ਤੁਹਾਡਾ ਮੰਕੀ ਬੈਠਾ ਨਾ, ਇੱਥੇ ਇਹਨੂੰ ਇਗਨੋਰ ਮਾਰਿਓ, ਤੁਸੀਂ ਸਿਰਫ ਚਾਦਰ 'ਤੇ ਧਿਆਨ ਦਿਓ, ਠੀਕ ਹੈ? ਆਹ ਦੇਖੋ, ਆਹ ਅਸੀਂ ਇਹਦੇ ਨਾਲ ਰੱਖ ਤੇ ਪਿੱਲੋ, ਮੰਕੀ ਦੀ ਲੜਾਈ ਹੋ ਗਈ ਮੇਰੇ ਨਾਲ, ਮੰਕੀ ਦੀ ਲੜਾਈ ਹੋ ਗਈ ਮੇਰੇ ਨਾਲ। ਕੀ ਹੋ ਗਿਆ? ਪੁੱਤ ਦੀ ਲੜਾਈ ਹੋ ਗਈ, ਅਸੀਂ ਬੈਡਸ਼ੀਟ ਨੂੰ ਛਾਂਦੇ ਤੇ ਤੁਹਾਡੇ ਨਾਲ ਲੜ ਕੇ ਤੁਰ ਗਿਆ ਫਤਿਹ। ਚੱਲ ਆ ਜਾ, ਅਸੀਂ ਚੱਲੇ ਹਾਂ ਫਤਿਹ, ਆ ਜਾ ਅਸੀਂ ਚੱਲੇ ਹਾਂ। ਤੇ ਜਿੱਦਾਂ ਨੀ ਮੈਂ ਉਹਨੂੰ ਦੀਦੀ ਆਲੂ ਵਾਲੇ ਪਰੌਂਠੇ ਪਤਾ ਨੀ ਕਾਹਤੋਂ ਬਣਾਉਣ ਬਹਿੰਦੀ ਹੈ। ਹੋਰ ਚੱਲ ਜਾ, ਵਹੀ ਆ ਗਿਆ, ਚੱਲੇ ਹਾਂ ਅਸੀਂ ਕੰਮ ਕਰਨ ਲੱਗੇ ਹਾਂ। ਤੁਸੀਂ ਐਂ ਕਰੋ ਪਿੰਡ ਜਾਓ। ਹਾਂ ਤੁਸੀਂ ਜਾਓ ਪਿੰਡ। ਨਹੀਂ ਮੈਂ ਜਾਣੀ ਦੀਦੀ, ਪਿੰਡ ਇਹਨੂੰ ਇੱਥੇ ਰੱਖੋ। ਨਾ ਨਾ ਇਹਨੂੰ ਵੀ ਨਹੀਂ ਰੱਖਣਾ, ਇਹਨੂੰ ਮੈਂ ਹੋਰ ਨਹੀਂ ਵੇਖੀ ਬਾਹਰ। ਆ ਦੇਖੋ ਦਮਨ ਨਾ ਟਿਊਸ਼ਨ ਤੋਂ ਆ ਕੇ ਵਿਚਾਰੀ ਆ ਕੇ ਕਰਕੇ ਪੜ੍ਹਾਈ ਤੇ ਫੇਰ ਸੌਂ ਗਈ। ਪੜ੍ਹਾਈ ਦੀ ਗੱਲ ਨਹੀਂ। ਹਾਂਜੀ ਨਹੀਂ, ਉੱਥੋਂ ਪੜ੍ਹਾਈ ਦਾ ਕਰਕੇ ਟਿਊਸ਼ਨ ਤੇ ਗਈ ਸੀ ਨਾ ਸਵੇਰ ਦੀ। ਕੀ ਲੱਗ ਜੂਗਾ ਪਤਾ ਤੁਹਾਨੂੰ। ਤੇ ਇੱਧਰ ਅਸੀਂ ਜੀ ਖਾ ਕੇ ਪਰੌਂਠੇ ਪਰੌਂਠੇ, ਤੇ ਹੁਣ ਅਸੀਂ ਚੱਕ ਲਏ ਝਾੜੂ, ਹੁਣ ਅਸੀਂ ਕਰਦੇ ਹਾਂ ਸਫਾਈ, ਤੇ ਇਸ ਤੋਂ ਬਾਅਦ ਦੀਦੀ ਕਹਿੰਦੇ ਮੈਂ ਬੈਡਸ਼ੀਟਾਂ ਲਿਆਉਣੀਆਂ ਨੇ, ਹੋਰ ਬੈਡਸ਼ੀਟਾਂ ਲਿਆਉਣੀਆਂ ਨੇ। ਦੀਦੀ ਗੁੱਸਾ ਖਾ ਗਈ ਉਹ ਗੱਲ ਦਾ ਤੁਹਾਨੂੰ, ਮੈਂ ਦੀਦੀ ਗੁੱਸਾ ਖਾ ਕੇ ਗੱਲ ਦਾ, ਦੀਦੀ ਕਹਿੰਦੀ ਮੈਂ ਹੋਰ ਬੈਡਸ਼ੀਟਾਂ ਲਿਆ, ਮੈਂ ਦੀਦੀ ਗੁੱਸਾ ਖਾ ਗਈ ਉਹ ਗੱਲ ਦਾ, ਬੈਡਸ਼ੀਟਾਂ ਦੀਦੀ ਕਹਿੰਦੀ ਮੈਂ ਹੋਰ ਲਿਆਉਣੀਆਂ, ਬੈਡਸ਼ੀਟਾਂ ਹੀ ਬੈਡਸ਼ੀਟਾਂ ਕਰ ਦੇਣੀਆਂ, ਪੁਰਾਣੀਆਂ ਵਿਛਾਣੀਆਂ ਹੀ ਨਹੀਂ, ਹੁਣ ਨਵੀਆਂ ਲੈ ਕੇ ਆਓ। ਪੁਰਾਣੀਆਂ ਤਾਂ ਵਿਛਾਣੀਆਂ ਹੀ ਨਹੀਂ, ਮਤਲਬ ਬੈਡਸ਼ੀਟ ਰਿਪੀਟ ਤੇ ਕਰਨੀ ਨਹੀਂ, ਨਿੱਤ ਨਵੀਂ ਬੈਡਸ਼ੀਟ, ਨਿੱਤ ਨਵੀਂ ਬੈਡਸ਼ੀਟ, ਪਤਾ ਨਹੀਂ ਇਹ ਸਾਰਾ ਕੁਝ ਆਪਾਂ ਨੇ ਹੁਣੇ ਖਤਮ ਕਰਨਾ ਹਨਾ। ਇੱਧਰ ਦੀਦੀ ਨੇ ਰੋਟੀ ਬਣਾ ਕੇ, ਦੀਦੀ ਕਰ ਰਹੇ ਭਾਂਡੇ ਸਾਫ਼, ਤੇ ਆਪਾਂ ਕਰ ਰਹੇ ਹਾਂ ਸਫਾਈ ਦਾ ਕੰਮ। ਆਹ ਦੇਖੋ ਸੁਣ ਕੇ ਲੇਸ ਦਾ ਨਾਂ ਤੇ ਕਿੱਦਾਂ ਉੱਠ ਪਏ ਨੇ ਮੇਰੇ ਸਾਹਮਣੇ ਰੱਖਤੇ ਨੇ। ਓ ਮਾਈ ਗੋਡ, ਫਿਰ ਮੈਨੂੰ ਉੱਠਣਾ ਪੈ ਗਿਆ ਤੇ ਮੈਂ ਕਿਹਾ ਚੱਲ ਹੁਣ ਮਣਾ ਖਾ ਵੀ ਲੈ ਹਨਾ, ਤੇ ਮੂੰਹ ਲੱਗ ਜੂਗਾ ਪੱਤਾ ਸਾਡੇ ਨਾਲ ਆਇਆ ਤੇ ਸਾਡੇ ਦੂਜੀ ਪਾਰਟੀ ਕਰ ਰਹੀ ਹੈ ਇੰਜੋਏ ਉਧਰ, ਕਾਸ਼ ਆਪਾਂ ਵੀ ਜਾਂਦੇ ਨਾਲ ਤੇ ਆਪਾਂ ਵੀ ਇੰਜੋਏ ਕਰਕੇ ਆਉਂਦੇ, ਬਟ ਕੋਈ ਗੱਲ ਨਹੀਂ, ਜਦੋਂ ਬਰਿੰਦਰ ਆਉਣਗੇ ਆਪਾਂ ਫਿਰ ਚੱਲਾਂਗੇ, ਛੁੱਟੀ ਦਾ ਚੱਕਰ ਪੈ ਗਿਆ ਸੀਗਾ, ਨਹੀਂ ਤਾਂ ਅਸੀਂ ਚਲੇ ਜਾਣਾ ਸੀਗਾ। ਤੇ ਹੁਣ ਅਸੀਂ ਸਫਾਈ ਸਫੀ ਕਰਕੇ ਜੇ ਤਾਂ ਜਾਣਾ ਹੋਇਆ ਸਨਾਮ ਫਿਰ ਅਸੀਂ ਚੱਲਾਂਗੇ ਟਾਈਮ ਨਾਲ, ਤੇ ਜੇ ਜਾਣਾ ਹੋਇਆ ਸੰਗਰੂਰ ਫਿਰ ਅਸੀਂ ਚੱਲਾਂਗੇ ਸ਼ਾਮ ਨੂੰ। ਡੰਮੂ ਤੂੰ ਵੀ ਚੱਲੇਗਾ ਕਿਉਂ? ਬੋਲੋ ਕੰਮ ਕਰਦੇ ਬੋਲਦੇ ਨਹੀਂ ਹੁੰਦੇ? ਬੋਲਦਾ ਰਿਹਾ ਤੁਸੀਂ ਹੈਂ, ਬੋਲਦਾ ਰਿਹਾ ਉਹ, ਤੁਸੀਂ ਕਹਿ ਰਹੇ ਤਾਂ ਮੈਂ ਬੋਲਦੀ ਆ। ਮੈਂ ਵੀ ਵਲੌਗ ਬਣਾ ਕੇ ਲਿਆਵਾਂ। ਹਾਂਜੀ ਮੈਂ ਵੀ ਵਲੌਗ ਬਣਾ। ਕੁਛ ਵੀ ਕਿਆ? ਕੁਛ ਵੀ ਹਮਾਰ ਅੱਜ ਆ ਰਿਹਾ ਤੁਸੀਂ ਸਿੱਕਾ ਹਲਾ ਕਿਹੜਾ ਹਲਾ? ਗੋਲਡ ਦਾ ਸਿੱਕਾ ਤਾਂ ਗੋਆ ਦੇ ਗੋਲਡ ਦਾ ਸਿੱਕਾ ਲੈ ਲਿਆ, ਸੋਨਾ ਹੋ ਗਿਆ ਆਪਣਾ 24 ਕੈਰਟ ਦਾ, ਮਤਲਬ 75,000 ਨੂੰ ਹਨਾ, ਤੇ ਪਰ ਅਸੀਂ ਆਹ ਵਾਲਾ ਸਿੱਕਾ ਲੈ ਲਿਆ, ਘੱਟੋ ਘੱਟ 1-1.5 ਲੱਖ ਦਾ ਹੋਊਗਾ, ਐਡਾ ਵੱਡਾ ਸਿੱਕਾ। ਅੰਮਾ ਤੁਹਾਨੂੰ ਗੋਲਡ ਕੋਈ ਚਾਹੀਦਾ? 10 ਰੁਪਏ ਤੁਹਾਨੂੰ ਇੱਕ ਬਹੁਤ ਸਾਰੀ ਬੈਡਸ਼ੀਟਾਂ ਮਿਲ ਜਾਣਗੀਆਂ, ਲੈ ਲਓ। ਚਾਕਲੇਟ ਹੈ ਕਾ ਕੋਈ ਨਹੀਂ ਹੈ ਸਿੱਕਾ ਚਾਕਲੇਟ ਹੈ ਤਾਂ ਭਾਂਡਾ ਫੋੜਤਾ ਸਾਰਾ ਚੋਕਲੇਟ ਕਹਿ ਕੇ ਹੈ ਫਤਿਹ।
ਗਗਨ ਇੱਧਰ ਸਾਫ ਸਫਾਈਆ ਕਰਤਾ, ਇੱਧਰ ਸਾਡੀ ਬੈਡਸ਼ੀਟ ਹਜੇ ਚੇਂਜ ਨਹੀਂ ਹੋਈ। ਗਗਨ ਬੈਡਸ਼ੀਟਾਂ ਲਿਆਉਣੀਆਂ, ਲਾਮਾ ਲਾਣਾ ਅੱਜ ਬੈਡਸ਼ੀਟਾਂ ਦਾ। ਨਹੀਂ ਹੁਣ ਆਪਣਾ ਆਪਣੇ ਬੱਚੇ ਨੂੰ, ਆਪਣੀ ਭੈਣ ਨੂੰ, ਆਪਣੀ ਕਿਸੇ ਫਰੈਂਡ ਨੂੰ ਕਹਿ ਦਿੰਦੇ ਯਾਰ ਤੂੰ ਐ ਨੀ ਕਰਨਾ। ਲੋਕਾਂ ਦੀ ਸੋਚ ਦੀ ਦਾਦ ਦੇਣੀ ਪੈਣੀ। ਗਗਨ ਬ੍ਰਸ਼ ਕਰ ਲੈ ਤੇਰੇ ਭਾਜੀ ਦੇ ਕਲਰ ਵਾਲਾ। ਇਹ ਨਾ ਅਸੀਂ ਚਾਰ ਦਿਨ ਹੋ ਗਏ ਝਾੜੂ ਨਹੀਂ ਲਾਇਆ। ਮੈਂ ਕਿਹਾ ਗਗਨ ਆਏਗੀ ਫੇਰ ਹੀ ਲਵਾਉਣਾ। ਦੇਖੋ ਆਹ ਦੇਖੋ ਥੱਲੇ ਗੰਦ ਦੇਖੋ। ਮੈਂ ਕਿਹਾ ਗਗਨ ਆਏਗੀ। ਅਸੀਂ ਤਾਂ ਸਫਾਈਆਂ ਕਰਦੇ ਹੀ ਨਹੀਂ ਤੇ ਬਾਜ਼ਾਰ ਵੀ ਜਾਣਾ ਜੇ। ਤੇ ਗਾਈਜ਼ ਇੱਕ ਭੈਣ ਦਾ ਕਮੈਂਟ ਆਇਆ ਸੀ ਮੇਰੇ ਚੈਨਲ ਤੇ ਆਇਆ ਸੀ, ਜਿਹੜੀ ਅਸੀਂ ਬੈਡਸ਼ੀਟ ਲਿਆਂਦੀ ਸੀ ਨਾ, ਤੇ ਉਹਨਾਂ ਦਾ ਕਮੈਂਟ ਆਇਆ ਸੀ ਤੇ ਉਹਨਾਂ ਨੇ ਮੇਰੇ ਨਾਲ ਆਪਣੇ ਇੰਸਟਾਗ੍ਰਾਮ ਤੇ ਗੱਲ ਕੀਤੀ ਸੀ, ਆਪਣੀ ਗੱਲ ਹੋ ਰਹੀ ਤੇ ਉਹ ਕਹਿ ਰਹੇ ਸੀ ਬੈਡਸ਼ੀਟ ਬਹੁਤ ਸੋਹਣੀ ਹੈ ਤੇ ਤੁਸੀਂ ਮੈਨੂੰ ਵੀ ਲਿਆ ਦਿਓ। ਅੱਛਾ ਹਾਂ ਤੇ ਨਹੀਂ ਬੈਡਸ਼ੀਟ ਅੱਜ ਅਸੀਂ ਰਿਵਰਸੇਬਲ ਹੈ, ਮਤਲਬ ਦੋਨੋਂ ਸਾਈਡਾਂ ਆਪਾਂ ਉਹ ਕਰ ਲਿਫਾਫ ਸੈੱਟ ਕਰਨ ਦੇ ਇਹਨਾਂ ਦੀ ਕਿਹਦੇ ਕੀ ਪਾਣਾ ਸਾਡੇ ਮਿਡਲ ਕਲਾਸ ਲੋਕ ਲਿਫਾਫ ਦੇ ਜਾਂਦੇ ਤੇ ਬੈਡਸ਼ੀਟ ਉਹਨਾਂ ਨੇ ਮੰਗਵਾਈ ਮੇਰੇ ਕੋਲ ਇਹਦੇ ਨਾਲ ਦੀ, ਕਹਿੰਦੇ ਸੇਮ ਕਲਰ ਥੋੜਾ ਬਹੁਤਾ ਚੇਂਜ ਹੋ ਜੇ ਤੇ ਅਸੀਂ ਅੱਜ ਫੇਰ ਚੱਲੀਆਂ ਬੈਡਸ਼ੀਟਾਂ ਲੈਣ। ਤੇ ਮੈਂ ਕਿਹਾ ਚਲੋ ਜਾ ਕੇ ਲਿਆਵਾਂ। ਹਾਂ ਮੈਨੂੰ ਨਹੀਂ ਲੱਗਣ ਦੇ ਹਾਲਾਤ ਤੇ ਸਨਾਮ ਜਾਵਾਂਗੇ। ਨਹੀਂ ਬਸ ਆ ਨਵੇੜ ਤੇ ਬਸ ਚੱਲਦੇ ਆ ਆਪਾਂ ਜੇ ਤਾਂ ਜਾਣਾ ਫਿਰ ਤਾਂ ਬਸ ਸਕੂਟੀ ਤੂੰ ਚਲਾਏਂਗੀ ਵੱਡੇ ਰੋਡ ਤੇ ਮੈਂ ਚਲਾ ਦੂੰਗੀ ਜਦੋਂ ਬਾਜ਼ਾਰ ਆ ਗਏ ਤੁਸੀਂ ਫੜ ਲਿਓ। ਹਾਂ ਮੈਂ ਫੜ ਲੂੰਗੀ ਜੇ ਨਹੀਂ ਵੀ ਹੋਇਆ ਗੱਡੀ ਗੱਲਬਾਤ ਤੁਹਾਡੇ ਅੱਗੇ ਜਾਵਾਂਗੇ। ਜੇ ਮੈਨੂੰ ਕੋਈ ਚੱਕਰ ਚੁੱਕਰ ਆ ਗਿਆ ਤੇ ਕੌਣ ਚੱਕ ਕੇ ਲਿਆਊਗਾ? ਕਿਨੂੰ? ਮੈਨੂੰ ਐਡੇ ਡੇਂਜਰਸ ਚੱਕਰ ਤੇ ਨਹੀਂ ਆਉਂਦੇ ਤੁਹਾਨੂੰ? ਡੇਂਜਰਸ ਹੀ ਆਉਂਦੇ ਨੇ ਤਾਂ ਹੀ ਤਾਂ ਮੈਂ ਡਰਦੀ ਹਾਂ। ਸਨਾਮ ਟੈਨਸ਼ਨ ਨਾ ਲਓ, ਮਾਰ ਜਾਓਗੇ ਤੇ ਮੈਨੂੰ ਚੱਕ ਲਿਆਉਣ। ਬਾਸੀ ਫੈਮਿਲੀ ਉਹ ਤੁਰੀ ਫਿਰਦੀ, ਵੇਖਾਂਗੀ ਮੈਂ ਕਮੈਂਟ ਆਉਂਦੇ ਕਿ ਨਹੀਂ ਆਉਂਦੇ। ਹੈ ਬਹੁਤ ਕੰਮ ਕਰਨ ਵਾਲੇ ਨੇ। ਮੈਨੂੰ ਵੀ ਗਗਨ ਆਈ ਤੇ ਮੈਨੂੰ ਸ਼ਾਮ ਨੂੰ ਫੇਰ ਮਿਲਾਂਗੇ ਕਿਉਂਕਿ ਮੈਂ ਕੱਲ ਸਕੂਲ ਵੀ ਜਾਣਾ, ਸਾਡੇ ਸਕੂਲ ਹੈਗਾ ਕੱਲ ਫੰਕਸ਼ਨ। ਬਾਕੀ ਮੈਨੂੰ ਵੀ ਗਗਨ ਆਈ, ਮੈਨੂੰ ਲਾਲਚੇ ਹੋ ਗਏ ਜਿਹੜੇ ਮੇਰੇ ਕੰਮ ਨੇ, ਮੈਂ ਗਗਨ ਨਾਲ ਜਾ ਕੇ ਕਰਾਂ ਫਿਰ ਮੈਨੂੰ ਕੱਲੀ ਨੂੰ ਔਖਾ ਕਿਤੇ। ਹੁਣ ਦੇਖੀ ਕੁਝ ਯਾਦ ਨਹੀਂ ਆ ਰਿਹਾ ਵੀ ਮੈਂ ਤੇ ਨਹੀਂ ਕੁਝ ਲੈਣਾ ਹੈਗਾ। ਤੂੰ ਹੁਣ ਯਾਦ ਕਰ ਲੈ ਬਸ, ਤਿਆਰ ਹੁੰਦਿਆਂ ਹੋਰ ਕੁਝ ਵੀ ਨਹੀਂ ਯਾਦ ਆ ਰਿਹਾ। ਡਸਟਬਿਨ 'ਚ ਪਾਈ ਕੂੜਾ, ਮੈਂ ਤਾਂ ਸੂਟ ਵੀ ਲੈਣਾ ਜਾਣ ਦੇ ਚੱਕਰ 'ਚ ਉਹ ਵੀ ਹੁਣ ਪਏ ਨੇ ਇੱਦਾਂ। ਕੋਈ ਗੱਲ ਨਹੀਂ ਮੈਨੂੰ ਦੇ ਦੇ, ਹੋਰ ਮੈਂ ਪਾ ਲਾਂਗੀ ਆਪੇ। ਮੈਂ ਉਹੀ ਜਾ ਕੇ ਪਾ ਦੂੰ ਤੇ ਜਾ ਕੇ ਟੇਲਰ ਨੂੰ ਵੀ ਮੈਂ ਕਾਲੀ ਪਾ ਸੀ, ਇਹਨਾਂ ਚਾਰਾਂ ਨੇ ਮੇਰੇ ਇੱਕ ਦਿਨ 'ਚ 4 ਸੂਟ ਬਣਾ ਕੇ ਦਿੱਤੇ। ਚਲ ਕੋਈ ਗੱਲ ਨਹੀਂ, ਥੈਂਕ ਯੂ ਟੇਲਰ ਸਾਹਿਬ। ਨਹੀਂ ਆਪਣਾ ਮਾਸਟਰ ਜਿਹੜਾ ਬਹੁਤ ਪਰਫੈਕਟ ਬੰਦਾ ਹੈ, ਬਹੁਤ ਘੈਂਟ ਬੰਦਾ ਹੈ। ਲਓ ਜੀ ਆਹ ਲਿਫਾਫਾ ਭਰ ਕੇ ਕਿਲੋ ਡੇਢ ਕੂੜਾ ਮੈਂ ਕੱਢਤਾ। ਹਾਂ ਹਜੇ ਉਹ ਪੋਚੇ ਵੀ ਲਾਣੇ ਨੇ, ਹਜੇ ਪੋਚੇ ਲਾਣੇ ਨੇ। ਪੋਚੇ ਹੁਣ ਅਸੀਂ ਆਫ ਕੈਮਰਾ ਲਾਵਾਂਗੇ, ਉਹ ਨਹੀਂ ਦਿਖਾਣਾ ਹੈਗਾ, ਨਜ਼ਰ ਨਾ ਲੱਗ ਜੇ ਕਿਤੇ ਵੀ ਗਗਨ ਕੰਮ ਬੜਾ ਕਰਦੇ। ਆਹੋ ਆਹ ਕੱਪੜੇ ਜਿਹੜੇ ਅੰਦਰ ਰੱਖਣ ਵਾਲੇ ਨੇ ਤੇ ਅੱਧੇ ਤਾਂ ਮੈਂ ਰੱਖ ਕੇ ਅਲਮਾਰੀ 'ਚ। ਆਹ ਟੈਡੀ ਧੋਣ ਵਾਲਾ ਮਸ਼ੀਨ ਸਿੱਟ ਗਿਆ ਚੱਕ।
ਇਹ ਉੱਥੇ ਲੋ ਸ਼ਹਿਜ਼ਾਦੀ ਆਉਂਦੀ ਨਾ ਇਹਦੇ ਨਾਲ ਕੋਈ ਖੇਡਦੀ ਉੱਥੇ ਚੜ ਚੜ ਕੇ ਹਾਂ ਉਹਨੇ ਤਾਂ ਗੰਦਾ ਕਰਤਾ ਨਹੀਂ ਤਾਂ ਇਹਦਾ ਵਿਚਾਰਾ ਬੜਾ ਵਧੀਆ ਪਿਆ ਸੀ ਤੇ ਚਲੋ ਜੀ ਅਸੀਂ ਹੁਣ ਜਾ ਕੇ ਆਉਣਾ ਬਾਜ਼ਾਰ ਤੇ ਵਲੌਗ ਵੀ ਇੱਥੇ ਆਪਣਾ ਐਂਡ ਕਰ ਰਹੇ ਹਾਂ ਦੇਖੋ ਮੈਂ ਪਸੀਨੋ ਪਸੀਨੀ ਹੋਈ ਪਈ ਹਾਂ ਇਹ ਤੋਂ ਬਾਅਦ ਪੋਚਾ ਲਾ ਲਈਏ ਪਹਿਲਾਂ ਅਸੀਂ ਤੇ ਹੁਣ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਬਾਜ਼ਾਰ ਤੋਂ ਆ ਕੇ ਫਿਰ ਆਪਾਂ ਨਵਾਂ ਵਲੌਗ ਸ਼ੁਰੂ ਕਰਾਂਗੇ ਤਦ ਤੱਕ ਕੇ ਲਈ ਸਾਰਿਆਂ ਨੂੰ ਟਾਟਾ ਬਾਏ ਬਾਏ ਤੇ ਹੁਣ ਤੁਸੀਂ ਕਰੋ ਮੇਰਾ ਵਲੌਗ ਇੰਜੋਏ ਹਾਂਜੀ।